खालसा वाहेगुरु जी की फतेह। एक जकारा छड़दी हो जे खुशियां दा जकारा के जावे फतेह पावे निहाल हो जावे सत श्री अकाल। सो श्री दरबार साहब हरिमंदर साहब गुरु रामदास पातशाह दे दर ते बेअदबी करन वाला आया जेड़ा मूरख सी ओ श्रोमणी गुरुद्वारा प्रबंधक कमेटी ते संगत ने झटका दिता है। श्रोमणी गुरुद्वारा प्रबंधक कमेटी दे जेड़े वीरां ने ए सेवा लिया ओए जिउंदे रहो वसदे रहो। कोई चंगा काम करे उहनू चंगा कहना चाहीदा है। जिउंदे रहो मैनेजर साहब, जिउंदे रहो प्रधान साहब, जिउंदे रहो श्रोमणी कमेटी दे अहुदेदारो। ओए तुसी अज सच्ची अज आ जख्मां ते मलम लाण वाला काम कीता है। सो मैं सारी संगत नू गल करदा भी यही इको एक हल है, यही इको एक हल है जे बेअदबियां नू रोकना है, ते इको एक हल है जेड़ा दुष्ट आवे उहनू नाल दी नाल झटका दिओ। ओह पिछली वार भी श्री आनंदपुर साहब जे एक घटना होई सी तां उदों ही झटकाया हुंदा। आ दिन ना वेखना पैंदा, इन्हां दे हौसले मजबूत हो गए सी। उदों जगीरो कहिंदी सी लॉर्ड ऑर्डर मेनटेन करना है, पर अज ओह जिहड़े श्रोमणी कमेटी दे मुलाजमां ने सेवा लई आ, ओए जिउंदे रहो वीरो, तुहाडा परिवार जिउंदा रहे, ओह तुहाडे नाल खड़े आ। जिहड़ी मर्जी सेवा ला दिओ एस जी पी सी वालिओ, ओए जिहड़े वीरां ने ये सेवा लई आ वाकई ਉਹ ਸੋਨੇ ਨਾਲ ਤੋਲਣ ਵਾਲੇ ਤੋਲਣ ਦੇ ਬਰਾਬਰ ਨੇ। ਆ ਸੇਵਾ ਅਸਲ ਕੌਮ ਦੀ, ਤੇ ਜੇ ਆਪਾਂ ਬੇਅਦਬੀਆਂ ਬਚਾਉਣੀਆਂ ਨੇ ਆਹੀ ਸਾਡਾ ਹੱਕ ਇੱਥੇ ਰੱਖ, ਤੇ ਆਹੀ ਸਾਡਾ ਹੱਕ ਆ, ਆਹੀ ਖੇਡਾਂ ਵਾਪਰਨਗੀਆਂ। ਤੇ ਸੱਤ ਜਾਣਿਓ ਵਾਰ ਵਾਰ ਦਿਲ ਕਰਦਾ ਆ ਸ਼੍ਰੋਮਣੀ ਕਮੇਟੀ ਵਾਲਿਓ, ਉਹ ਤੁਹਾਡੇ ਚਰਨ ਚੁੰਮ ਲਈਏ, ਤੁਹਾਡੀ ਚਰਨ ਧੂੜ ਲੈ ਲਈਏ, ਉਹ ਤੁਹਾਡੇ ਪੈਰ ਧੋ ਕੇ ਪੀਏ। ਮੈਂ ਕਹਿੰਦਾ ਜਿੰਨੀ ਵਾਰ ਅਸੀਂ ਤੁਹਾਨੂੰ ਮਾੜਾ ਬੋਲਿਆ ਸਾਰੀਆਂ ਗੱਲਾਂ ਅੱਜ ਆਪਣੀ ਝੋਲੀ ਵਿੱਚ ਪਾਉਂਦੇ ਹਾਂ। ਆਹ ਜਿਹੜਾ ਤੁਸੀਂ ਅੱਜ ਕੰਮ ਕੀਤਾ ਨਾ, ਯੁੱਧ ਵਾਲਾ ਕੰਮ ਕਰਤਾ, ਸੂਰਮੇ ਵਾਲਾ ਕੰਮ ਕਰਤਾ। ਸੋ ਸੰਗਤ ਜੀ ਆਹੀ ਆ ਸਾਡੀ ਕੌਮ ਕੋਲ, ਬਸ ਆਹੀ ਆ। ਇਸ ਤੋਂ ਬਿਨਾਂ ਸਾਡੀ ਕੌਮ ਦੇ ਜ਼ਖਮਾਂ ਨੂੰ ਮੱਲਮ ਨਹੀਂ ਜੇ ਲੱਗਣਾ। ਇਹ ਵਾਰ ਵਾਰ ਆਉਂਦੇ ਨੇ, ਇਹ ਵਾਰ ਵਾਰ ਆਉਂਦੇ ਨੇ, ਵਾਰ ਵਾਰ ਬੇਅਦਬੀਆਂ ਕਰਦੇ ਨੇ। ਇਹਨਾਂ ਨੂੰ ਲੱਗਦਾ 295 ਏ ਹੀ ਲੱਗਦੀ ਆ, 295 ਨਾਲ ਕੀ ਹੋਣਾ, ਮਹੀਨੇ ਬਾਅਦ 2 ਮਹੀਨੇ ਬਾਅਦ ਜੇਲ੍ਹ ਤੋਂ ਬਾਹਰ ਆ ਜਾਵਾਂਗੇ, ਫਿਰ ਘੁੰਮਾਂਗੇ। ਆਈ ਆ ਬਸ ਇਹੀ ਆ, ਪਾਪੀ ਕੇ ਮਾਰਨੇ ਕੋ, ਜਿਹੜਾ ਪਾਪ ਸੋਧਾ ਲਾ ਦਿੱਤਾ, ਜ਼ੁਲਮ ਕਰਨਾ ਪਾਪ, ਜ਼ੁਲਮ ਸਹਿਣਾ ਪਾਪ। ਉਹ ਜਕਾਰਾ ਲਾ ਦਿਓ ਕਰੀ ਫਿਰ ਕਮੈਂਟਾਂ ਦੇ ਵਿੱਚ, ਖੁਸ਼ੀਆਂ ਦਾ ਜਕਾਰਾ ਕੇ ਜਾਵੇ ਫਤਿਹ ਪਾਵੇ, ਉਹ ਨਿਹਾਲ ਹੋ ਜਾਵੇ ਸਤ ਸ੍ਰੀ ਅਕਾਲ। ਫਿਰ ਇੱਕ ਵਾਰੀ ਜਿਉਂਦੇ ਰਹੋ ਐਸ ਜੀ ਪੀ ਸੀ ਵਾਲੇ। ਉਹ ਅੱਜ ਯੋਧੇ ਵਾਲਾ ਕੰਮ ਕਰਤਾ, ਉਹ ਸੂਰਮੇ ਵਾਲਾ ਕੰਮ ਕਰਤਾ, ਜਿਹੜੀਆਂ ਕੌਮ ਤੁਹਾਡੇ ਤੋਂ ਉਮੀਦਾਂ ਰੱਖਦੀ ਆ, ਅੱਜ ਉਹ ਕੌਮ ਦੀਆਂ ਉਮੀਦਾਂ ਨੂੰ ਉੱਥੇ ਪੂਰਾ ਕੀਤਾ। ਅਤੇ ਜਿਨ੍ਹਾਂ ਯੋਧਿਆਂ ਨੇ ਲਾਇਆ ਨਾ, ਉਹ ਤੁਹਾਡੇ ਨਾਲ ਕੋਈ ਖੜ੍ਹੇ ਨਾ ਖੜ੍ਹੇ ਵੀਰੋ, ਆਹ ਜਿੰਨੇ ਕੁ ਮਿਲਿਆ ਨਾ ਦਾਤਾਂ, ਆਹ ਸਾਰੀਆਂ ਤੁਹਾਡੀਆਂ ਮਿਲਿਓ ਵੀਰੋ, ਆਹ ਸਾਰਾ ਕੁਝ ਤੁਹਾਡਾ। ਔਰ ਆਨੰਦ ਬੰਤ ਅੱਜ ਜਦੋਂ ਆਹ ਬੇਅਦਬੀ ਦੀ ਘਟਨਾ ਸੁਣੀ ਸੀ ਨਾ, ਅਤੇ ਮਾਫ਼ੀ ਮੰਗਦਿਆਂ ਲੱਗੇ ਸੀ ਵੀਡੀਓ ਪਾਉਣ, ਵੀ ਸ਼੍ਰੋਮਣੀ ਕਮੇਟੀ ਹੁਣ ਮੂਕ ਦਰਸ਼ਕ ਬਣ ਕੇ ਵੇਖੇਗੀ, ਪਰ 10 ਮਿੰਟਾਂ ਦੇ ਵਿੱਚ ਵਿੱਚ ਉਹ ਨਜ਼ਾਰਾ ਬਣਤਾ। 10 ਮਿੰਟਾਂ ਦੇ ਵਿੱਚ ਵਿੱਚ ਕਰ ਦਿਓ ਸ਼ੇਅਰ, ਪਹੁੰਚਾ ਦਿਓ ਦੁਨੀਆ ਤੱਕ। ਖਾਲਸਾ ਖੁਦ ਖੁਦਾ, ਖਾਲਸਾ ਖੁਦ ਖੁਦਾ, ਪਹੁੰਚਾ ਦਿਓ ਦੁਨੀਆ ਤੱਕ। ਚੂੰਕਰ ਅੱਜ ਹਮਾ ਹੀਲ ਤੇ ਦਰ ਗੁਜਸਤ, ਹਲਾਲ ਅਸਤ ਬਰਦਨ ਬਾ ਸ਼ਮਸ਼ੀਰ ਦਸਤ। ਆਈ ਆ ਸਾਡੇ ਕੋਲ, ਬਸ ਆਈ ਆ ਸਾਡੇ ਕੋਲ। ਮੈਂ ਬੱਬੂ ਖਰਾਜਪੁਰ ਵੀਰ ਮੇਰੇ ਨਾਲ ਜੁੜਿਆ ਹੋਇਆ, ਬੱਬੂ ਵੀਰ ਮੈਂ ਤੁਹਾਡੇ ਨਾਲ ਰਾਮ ਸਿੰਘ ਰਾਣਾ ਨਾਲ ਜਾ ਰਿਹਾ ਸੀ, ਪਰ ਰਸਤੇ 'ਚ ਟ੍ਰੈਫਿਕ ਜਾਮ ਹੋ ਗਿਆ, ਅਤੇ ਉੱਥੋਂ ਅੱਧਾ ਪੌਣਾ ਘੰਟਾ ਖੜ ਖੜ ਕੇ ਫਿਰ ਮੈਂ ਵਾਪਸ ਤੁਰਿਆ। ਮੈਨੂੰ ਮਾਫ਼ੀ ਦੇ ਦਿਓ, ਪਰ ਮੈਂ ਗੱਡੀ ਪਿੱਛੇ ਲਾਈ ਸੀ। ਇਹ ਮੈਂ ਫਿਰ ਰਾਮ ਸਿੰਘ ਰਾਣਾ ਨਾਲ ਗੱਲ ਕੀਤੀ, ਦੱਸਿਆ ਵੀਰ ਨੂੰ ਵੀ ਟ੍ਰੈਫਿਕ ਆ ਪਿੱਛੇ, ਮੈਨੂੰ ਪੱਤਰਕਾਰਾਂ ਨੂੰ ਰੋਕ ਲਿਆ, ਪਰ ਅੱਜ ਤੁਸੀਂ ਦਰਬਾਰ ਸਾਹਿਬ ਜਾ ਰਹੇ ਬੱਬੂ ਵੀਰ ਖਰਾਜਪੁਰੇ ਵਾਲਿਆ। ਉਹ ਤੁਸੀਂ ਵਾਕਈ ਅੱਜ ਤੁਹਾਡਾ ਜਾਣਾ ਵੀ ਸਫਲ ਹੋ ਗਿਆ। ਆਹ ਸ਼੍ਰੋਮਣੀ ਕਮੇਟੀ ਵਾਲਿਓ, ਉਹ ਕੁਰਬਾਨ ਤੁਹਾਡੇ ਤੋਂ ਮੇਰੀ ਜਾਨ, ਕੁਰਬਾਨ ਤੁਹਾਡੇ ਤੋਂ ਮੇਰੀ ਜਾਨ। ਜਿਉਂਦੇ ਰਹੋ, ਵਸਦੇ ਰਹੋ,
शस्त्र के अधीन है राज। जिस दिन ये खेडां वापरनगियां वो मेरे पातशाह दे पावन सरूपां दीआं बेअदबियां तां ही रुकणियां ने, होर कोई हल नहीं। तुहानू किसे सरकार ने तां इंसाफ दिता? कैप्टन ने दिता, सिद्धू ने दिता, बादलों ने दिता तुहानू इंसाफ, जां दिता नवें बने मुख्यमंत्री चन्नी ने इंसाफ? ओए नहीं, ये हक तुहानू आप लैना पैना है, ते हक तुसी लिया निहंग सिंघां ने जिवें सौदा लाया सिंघू बार्डर ते, ते अज तुसी ये सौदा लाता दरबार साहब गुरु रामदास पातशाह दे दर ते आके कोई मेरे पातशाह दा शस्त्र चक के उत्ते कोई बेअदबी करे ते विखाता। अ श्रोमणी कमेटी वाले हो तुसी वी जिउंदे हो, दसता मैनेजर साहब धन्नवाद, धामी साहब तुहानू वी सलाम, तुहाडी सारी कमेटी नू, तुहाडे एग्जैक्टिव मैंबरां नू, ओए तुहानू सारिआं नू सलाम। ते डटे रहो जे, हुण डटे रहो जे अपने बोलां ते, कितें जगीरो वांग ना फिर आ जाओ लो एंड आर्डर मेनटेन करना फलाना करना ये करना, डटे रहो रे जरूरत वाले। धामी साहब तुसी एडवोकेट हो, जरूरत वाले बयान जड़े ने ना तुहाडे हुण आने चाहिए ने, ते जिहड़े वीरां ने खेड़ वरताई है ना ओह ढाल बन के खड़ जाओ। किहड़ा वेख जू, किहड़ा किहड़ा वेख जू तत्ती वाह उहनां वल, कोई तत्ती वाह आ जू जदों तुहाडे वर्गे योद्धे खड़नगे नाल। ओह बलजिंदर चीमा साहब ਅੱਜ ਢੱਡੀ ਟੁਰ ਦੋ ਕੀ ਲੈਣਾ ਹੈ ਉਹਨੂੰ, ਤਾਂ ਆਪਣੀ ਫੋਟੋ ਸ਼ੂਟ ਤੋਂ ਵਿਹਲ ਨਹੀਂ, ਜੁੱਤੀਆਂ ਹੀ ਪਾਲੇ ਲੱਖ ਲੱਖ ਦੀਆਂ, ਅਤੇ ਲੋਕਾਂ ਨੂੰ ਕਹਿੰਦਾ ਪੁਜਾਰੀ ਆ ਅੱਜ ਵੀਡੀਓ ਵੇਖੀ 60-60 ਸਾਲ ਦੇ ਤੋਂ ਮੱਥਾ ਟਕਾਉਂਦਾ ਕੰਜਰ ਢੱਡਰ, 60-60 ਸਾਲ ਦੇ ਮੱਥਾ ਟੇਕਦੇ ਵੀ ਉਹਨੂੰ ਮੱਥਾ, ਕਹਿੰਦਾ ਪੁਜਾਰੀਵਾਦ ਲੱਖ ਲੰਤ, ਉਹ ਨਾ ਨਾ ਲਿਆ ਕਰੋ ਇੱਦਾਂ ਦੇ ਮੂਰਖ ਦਾ ਨਾਂ ਲੈ ਕੇ ਸਾਰਾ ਦਿਨ ਖਰਾਬ ਹੋ ਜਾਂਦਾ। ਕਿਹਦਾ ਤੁਸੀਂ ਕਮੈਂਟ 'ਚ ਨਾਂ ਲੈ ਲਿਆ ਉਹ ਦੁਸ਼ਟ ਡੰਗਰ ਦਾ ਢੱਡਰੀ ਦਾ, ਇੱਦਾਂ ਦੇ ਨਾਂ ਨਾ ਲਿਆ ਕਰੋ ਨਾ ਕਮੈਂਟਾਂ 'ਚ। ਹੈਂ ਤੁਸੀਂ ਪੁਜਾਰੀਵਾਦ, ਆ 60-60 ਸਾਲ ਦੇ ਬੁੜੇ ਉਹਨੂੰ ਮੱਥਾ ਟੇਕਣ ਡੇ ਸੀ, ਡਿੱਗਣ ਡੇ ਸੀ ਉਹਦੇ ਗੋਡਿਆਂ ਦੇ ਵਿੱਚ, ਉਹ ਜਨਾਨੇ ਦੇ ਉਹਦੇ ਢੱਡਰੀ ਦੇ, ਛੱਡੋ ਦਫਾ ਕਰੋ। ਅੱਜ ਆ ਦਿਨ ਵਾਕਈ ਖੁਸ਼ੀ ਵਾਲਾ। ਸ਼੍ਰੋਮਣੀ ਕਮੇਟੀ ਵਾਲਿਓ ਆਹੀ ਰਵਾਇਤ, ਇਹੀ ਰਵਾਇਤਾਂ ਨੇ ਸਾਡੀਆਂ ਪੁਰਾਣੀਆਂ ਰਵਾਇਤਾਂ। ਖਾਲਸਾ ਖੁਦ ਖੁਦਾ, ਚਾਗੜ ਦੰਗ ਨਾਗੜ ਦੰਗ ਵਾਗੜ ਦੰਗ ਵੱਜ, ਉਹ ਗਾਗੜ ਦੰਗ ਗਾਜੀ ਮਹਾਂਗਜ ਗੱਜ, ਉਹ ਕਾਗੜ ਦੰਗ ਕਾਤੀ ਕਟਾਰੀ ਕੜਾਕਣ, ਤਾਗੜ ਦੰਗ ਤੀਰਨ ਤੁਕਣ ਤੜਾਕਣ। ਆਈ ਅੱਜ ਆਈ ਆ ਮੇਰੇ ਪਾਤਸ਼ਾਹ ਦੇ ਪਾਵਨ ਬੋਲ, ਨਜ਼ਾਰਾ ਬੰਦ ਅੱਖਾ ਖੰਡ ਬਿਹੰਡੰ, ਖਲਦਲ ਖੰਡੰ ਅਤਰਣ ਮੰਡੰ ਬਰਬੰਡੰ, ਪੁਜ ਦੰਡ ਅਖੰਡੰ ਤੇਜ ਪ੍ਰਚੰਡੰ, ਜੋਤ ਅਮੰਡੰ ਪਾਨ ਪ੍ਰਬੰਧ, ਸੁਖ ਸੰਤਾ ਕਰਨ ਦੁਰਮਤ ਦਰਦੰ, ਕਿਲਬਿਕ ਹਰਨੰ ਆਸ ਸਰਨੰ, ਉਹ ਜੈ ਜੈ ਜਗ ਕਾਰਣ ਸ੍ਰਿਸ਼ਟ ਉਭਾਰਣ, ਮਮ ਪ੍ਰਤ ਮਾਤ ਮਾਰਨ ਮਮ ਪ੍ਰਤ ਪਾਰਨ ਜੈ ਤੇ ਗੰ। ਹੈ ਨਾ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਦੇ ਬੋਲ ਦਸਮ ਪਾਤਸ਼ਾਹ ਜੀ ਦੇ, ਸੋ ਇਸ ਕਰਕੇ ਇਹ ਤੇਗ ਹੀ ਆ ਜਿਹਨੇ ਸਾਨੂੰ ਹੱਲ ਲਵਾਉਣੇ ਨੇ। ਉਹ ਮਰਨਾ ਤਾਂ ਇੱਕ ਵਾਰ ਫਾਹੇ ਟੰਗ ਦੇਣਗੇ ਪੁਲਿਸ ਵਾਲੇ, ਕੋਈ ਨਹੀਂ ਫਾਹੇ ਟੰਗ ਦੇਣੇ ਕੀ ਹੋ ਜਾਏਗਾ, ਮਰਨਾ ਇੱਕ ਵਾਰ ਹੈ ਨਾ। ਆਹ ਮੇਰਾ ਐਕਸੀਡੈਂਟ ਹੋਇਆ 20 ਦਿਨ ਪਹਿਲਾਂ, ਮਰ ਜਾਂਦਾ ਐਕਸੀਡੈਂਟ, ਐਕਸੀਡੈਂਟ 'ਚ ਮਰ ਜਾਂਦਾ, ਗੱਡੀ ਖਤਮ ਹੋ ਗਈ ਬਚ ਗਏ, ਅਤੇ ਐਕਸੀਡੈਂਟ ਮਰ ਗਏ ਕੁੱਤੇ ਦੀ ਮੌਤ ਸੀ ਨਾ, ਕੁੱਤੇ ਦੀ ਮੌਤ ਸੀ ਨਾ। ਸੋ ਇਸ ਕਰਕੇ ਗੁਰੂ ਪਿਆਰਿਓ, ਸਤਿਗੁਰਾਂ ਨੇ ਕਿਰਪਾ ਕੀਤੀ, ਜੈ ਜੈ ਕਾਰ ਕਰਤੀ, ਨਜ਼ਾਰਾ ਬੰਨਤਾ। ਆ ਇੱਕ ਵਿੱਚ ਮੂਰਖ ਜਿਹਾ ਆਇਆ ਕਹਿੰਦਾ ਇੰਨਾ ਕਮਲ ਮਾਰਨ ਦੀ ਕੀ ਲੋੜ ਹੈ। ਉਹ ਇਸ ਬੰਦੇ ਨੂੰ ਆਹ ਮੈਂ ਕਮੈਂਟ ਦਾ ਪਿੰਨ ਕਰਨ ਲੱਗਾ, ਮੈਨੂੰ ਲੱਭ ਜੇ ਕਮੈਂਟ, ਆ ਗਿਆ। ਇਹ ਕਹਿੰਦਾ ਇੰਨਾ ਕਮਲ ਮਾਰਨ ਦੀ ਕੀ ਲੋੜ ਹੈ, ਦੇ ਦਿਓ ਜਵਾਬ ਇਹਨੂੰ। ਇਹ ਰੂਪ ਸਿੰਘ ਭੂਪਾਲ ਭੂਪਲ, ਪਤਾ ਨਹੀਂ ਭੂਪਲ ਕੀ ਭੂਪਾਲ ਹੈ, ਆ ਦਿਓ ਪਿੰਨ ਕੀਤਾ ਕਮੈਂਟ ਦਾ, ਇਹਨੂੰ ਮੈਂ ਨਹੀਂ ਤਾਂ ਕਹਿਣਾ, ਇਹਨੂੰ ਦੱਸ ਦਿਓ ਵੀ ਅੱਜ ਕਮਲ ਘੋਟਿਆ ਜਾ ਰਿਹਾ ਕਿ ਖੁਸ਼ੀ ਮਨਾਈ ਜਾ ਰਹੀ ਹੈ। ਇਹ ਦੇ ਦਿਓ ਕਮੈਂਟ, ਮੈਂ ਪਿੰਨ ਕਰਤਾ, ਜਵਾਬ ਦੇ ਦਿਓ ਇਹਦੇ ਕਮੈਂਟ ਦਾ, ਦੱਸ ਦਿਓ ਇਹਦੀ ਔਕਾਤ ਇਹਨੂੰ ਵੀ ਤੇਰੀ ਔਕਾਤ ਕੀ ਹੈ, ਤੁਹਾਡੀ ਤੁਸੀਂ ਢੱਡਰੀ ਦੇ ਉੱਥੇ ਹੀ ਵੜੋ ਜਿੱਥੇ ਵੜਨਾ ਜਾ ਕੇ। ਗੁਰੂ ਪਾਤਸ਼ਾਹ ਕਿਰਪਾ ਕਰੇ, ਆ ਜੇ ਢੱਡਰੀ ਜਿਹੜੇ ਹੁਣ, ਫਿਰ ਉਹਨੂੰ ਕਿਹਾ ਆ ਜਾ ਹੁਣ ਬੋਲ ਆ ਕੇ, ਹੁਣ ਉੱਥੇ ਕਹੇਗਾ ਉੱਥੇ ਕਿਹੜਾ ਬੇਅਦਬੀ ਕੀਤੀ ਸੀ, ਉੱਥੇ ਕਿਹੜਾ ਬੇਅਦਬੀ ਕੀਤੀ ਸੀ, ਵਿੱਚ ਹੀ ਵੜਿਆ ਸੀ ਅਤੇ ਬੇਅਦਬੀ ਕਰਦਾ ਤਾਂ ਫਿਰ ਝਟਕਾਓ। ਆ ਜਾ ਢੱਡਰੀ ਸੁਣਾ ਦੇ ਆਪਣਾ ਗਿਆਨ, ਢੱਡਰ ਪੰਥੀ ਆ ਸੁਣਾ ਦੇ ਲੋਕਾਂ ਨੂੰ, ਫਿਰ ਬੋਲੀ ਜ਼ਰੂਰ ਸਟੇਜ 'ਤੇ ਬਹਿ ਕੇ ਆਪਣੇ ਉਹ ਦੁਆਰ ਜਿਹੜਾ ਤੇਰਾ ਬਣਾਇਆ ਹੋਇਆ ਤੇਰਾ ਦੁਆਰ, ਉੱਥੇ ਉੱਥੇ ਆ ਕੇ ਬੋਲ ਦੀ, ਦੱਸੀ ਆ ਕੇ ਡੈਮੋਕਰੇਸੀ, ਆ ਕੇ ਵੇਖ ਲੈ ਐਸ ਜੀ ਪੀ ਸੀ ਵਾਲੇ ਨੇ ਵੀ ਖੇਡ ਵਰਤਾਤੀ, ਆ ਜਾ ਢੱਡਰੀ ਲਾਈਵ ਹੁਣ ਫੇਰ ਬੋਲ ਵੀ ਭੰਡ ਕੇ ਪਰਵਾਨੇ ਆ, ਇੱਦਾਂ ਪਰਵਾਨ ਨਹੀਂ ਹੋਣਾ, ਇੱਦਾਂ ਹੀ ਪ੍ਰਵਾਨ ਹੋਣਾ ਪਰਵਾਨੇ ਨੇ।
ਇੱਦਾਂ ਹੀ ਪ੍ਰਵਾਨ ਹੋਣਾ ਪ੍ਰਵਾਨੇ ਨੇ, ਗੁਰੂ ਪਾਤਸ਼ਾਹ ਨੇ ਇੱਦਾਂ ਹੀ ਸੇਵਾਵਾਂ ਲੈਣੀਆਂ ਨੇ। ਸੋ ਜਿਉਂਦੇ ਰਹੋ, ਵਸਦੇ ਰਹੋ। ਭਾਈ ਤਜਿੰਦਰ ਸਿੰਘ ਚੱਪੜਾ ਰੰਧਾਵਾ, ਆਹ ਕਿਹੜਾ ਵੀਰ ਹੈ ਨਾਲ ਜੁੜਨਾ ਚਾਹੁੰਦਾ? ਮੈਨੂੰ ਲੱਗਦਾ ਨਾਲ ਜੁੜਿਆ ਕੋਈ ਵੀਰ। ਆ ਜਾਓ ਵੀ ਯਾਰ, ਨਾਲ ਤੁਹਾਡੇ ਨਾਲ ਵੀ ਜੁੜਦੇ ਹਾਂ। ਲੱਗਦਾ ਮੇਰੀ ਵੀਡੀਓ ਫਿਰ ਦੁਬਾਰਾ ਠੀਕ ਹੋ ਗਿਆ ਪੇਜ ਮੇਰਾ, ਤੇ ਜੁੜਨ ਲੱਗ ਗਿਆ ਲੱਗਦਾ ਵੀਰ ਮੈਨੂੰ, ਹੈਨਾ। ਆ ਦੱਸਿਓ ਮਾੜਾ ਜਿਹਾ ਕਮਲ ਮਾਰਨ ਦੇ ਦੇਤੀ 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 ਇਹਨੂੰ, ਹੈਂਜੀ ਦੇ ਦਿਓ ਇਹਨੂੰ ਕਮਲ। ਦੱਸੋ ਵੀ ਕਮਲਿਆ ਤੂੰ ਤੂੰ ਕਮਲ ਹੈ ਕਿ ਕਮਲ ਅਸੀਂ ਮਾਰ ਰਹੇ ਹਾਂ। ਅਤੇ ਚਲੋ ਗੁਰੂ ਪਾਤਸ਼ਾਹ ਕਿਰਪਾ ਕਰਨ, ਜੈ ਜੈਕਾਰ। ਅਤੇ ਹੁਣੇ ਖਬਰ ਆਈ ਆ ਸਤਿਗੁਰੂ ਪਾਤਸ਼ਾਹ ਜੀ। ਅਤੇ ਚਲੋ ਮਹਾਰਾਜ ਉਹ ਸਿੰਘਾਂ ਵਾਸਤੇ ਬਾਣੀ ਪੜਿਓ ਜਿਹਨਾਂ ਸਿੰਘਾਂ ਨੇ ਸੌਦਾ ਲਾਇਆ, ਉਹ ਚੜ੍ਹਦੀ ਕਲਾ 'ਚ ਰਹਿਣ। ਉਹਨਾਂ ਵਾਸਤੇ ਅਰਦਾਸ ਕਰਿਓ, ਉਹ ਚੜ੍ਹਦੀ ਕਲਾ 'ਚ ਰਹਿਣ, ਉਹਨਾਂ ਦੇ ਪਰਿਵਾਰ ਚੜ੍ਹਦੀ ਕਲਾ ਵਿੱਚ ਰਹਿਣ। ਜਿਉਂਦੇ ਰਹੋ, ਜਿਉਂਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।